ਤੁਸੀਂ ਬੰਨੂ ਪਿੰਡ ਰਾਜੋਆਲਾ ਕੋਲੋਂ ਲੱਗੀ ਢਾਹਾ ਬਿਆਸ ਦੇ ਨਾਲ ਲੱਗਦੇ ਪਿੰਡ ਡੁੱਬ ਗਏ ਹਨ ਲੋਕਾਂ ਘਰ ਛੱਡਣ ਲਈ ਮਜਬੂਰ ਹੋ ਗਏ ਹਨ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਉੱਥੇ ਹੀ ਅੱਜ ਸਵੇਰੇ ਤੁਸੀਂ ਬੰਨੂ ਪਿੰਡ ਰਾਜੋਆਲਾ ਕੋਲ ਢਾਹ ਲੱਗਣ ਕਾਰਨ ਦਰਜਨਾਂ ਪਿੰਡਾਂ 'ਤੇ ਖਤਰਾ ਪੈਂਦਾ ਹੋ ਗਿਆ ਹੈ ਅਤੇ ਜਿਵੇਂ ਹੀ ਲੋਕਾਂ ਨੂੰ ਢਾਹ ਲੱਗਣ ਦਾ ਪਤਾ ਲੱਗਾ ਤਾਂ ਲੋਕਾਂ ਵਿੱਚ ਹਫੜਾ ਦਫੜੀ ਮੱਚ ਗਈ ਲੋਕ ਆਪਣਾ ਸਮਾਨ ਟਰੈਕਟਰਾਂ ਟਰਾਲੀਆਂ 'ਤੇ ਲੱਦ ਕੇ ਸੁਰੱਖਿਅਤ ਥਾਵਾਂ 'ਤੇ ਜਾ ਰਹੇ ਹਨ ਹਾਂਜੀ ਬਾਬਾ ਜੀ ਮੌਕੇ 'ਤੇ ਪਹੁੰਚੇ ਸਥਿਤੀ ਕੀ ਹੈ ਇਸ ਵਕਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਡ ਰਾਜੇਵਾਲ ਜੀ ਗੋਇੰਦਵਾਲ ਕੋਲ ਦੇ ਬਿਲਕੁਲ ਨੇੜੇ ਪਿੰਡ ਆ ਅਤੇ ਪਾਣੀ ਜਿਹੜਾ ਇੱਥੇ ਕਾਫੀ ਗਹਿਰਾਈ ਦੇ ਵਿੱਚ ਹੁਣ ਹੋ ਗਿਆ ਅਤੇ ਢਾਹ ਲਾ ਰਿਹਾ ਵਾ ਬੰਨ ਵਾਲੇ ਪਾਸੇ ਨੂੰ ਅਤੇ ਕਾਰਨ ਇਹਦਾ ਇੱਕੋ ਹੀ ਆ ਜਦੋਂ ਬਿਜਲੀ ਮਿੱਟੀ ਬਿਜਲਾ ਜਿਹੜਾ ਉੱਚਾ ਥਾਂ ਆ ਉਹ ਸਾਫ਼ ਹੁੰਦਾ ਹੈ ਪਲੇਨ ਹੋਵੇ ਅਤੇ ਜਿਹੜਾ ਪਿੱਛੋਂ ਬਹਾਅ ਚੌੜਾ ਹੋ ਕੇ ਇੱਥੇ ਆ ਕੇ ਨਾ ਸੰਗੜ ਰਿਹਾ ਇਕੱਠਾ ਹੋ ਰਿਹਾ ਵਾ ਉਹਦੇ ਕਾਰਨ ਪਾਣੀ ਜਿਹੜਾ ਕਾਫੀ ਡੀਪ ਮਿੱਟੀ ਕੱਢ ਰਿਹਾ ਥੱਲੋਂ ਅਤੇ ਬੰਨ ਨੂੰ ਖਤਰਾ ਹੈ ਅਜੇ ਹਾਲਾਂਕਿ ਇਲਾਕੇ ਦੇ ਮਹਾਂਪੁਰਸ਼ ਜਿੰਨੇ ਵੀ ਜਾਂ ਸੰਗਤ ਆ ਉਹ ਸਾਰੇ ਲੱਗੇ ਆ ਕੁਝ ਰੁੱਖ ਵੱਢ ਕੇ ਬਹਾਅ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੰਨ ਵਾਲੇ ਪਾਸੇ ਢਾਹ ਨਾ ਲਾਵੇ ਪਰ ਖਤਰਾ ਅਜੇ ਸਟਿਲ ਹੈਗਾ ਆ ਬਾਕੀ ਸਤਿਗੁਰੂ ਕਿਰਪਾ ਕਰਨ ਜਿਵੇਂ ਸੰਗਤ ਜਿਸ ਉਤਸ਼ਾਹ 'ਚ ਲੱਗੀ ਆ ਕਿੰਨੇ ਕੁ ਪਿੰਡ ਜਿਹੜੇ ਆ ਕਿੰਨਾ ਕੁ ਰਕਬਾ ਜਿਹੜਾ ਪ੍ਰਭਾਵਿਤ ਹੋਣ ਜਾ ਰਿਹਾ ਇਹਨਾਂ ਪਿੰਡਾਂ ਦੇ ਵਿੱਚ ਪ੍ਰਭਾਵਿਤ ਇਹ ਜੀ ਇੱਥੋਂ ਹਜ਼ਾਰਾਂ ਏਕੜੀ ਆ ਜੀ ਇਹ ਸਤਿਗੁਰੂ ਕਿਰਪਾ ਕਰੇ ਕਿ ਆ ਸਲਾਮਤ ਰਹਿ ਜਾਵੇ ਨਹੀਂ ਤਾਂ ਫਿਰ ਬਹੁਤ ਵੱਡਾ ਖਤਰਾ ਆ ਮੈਨੂੰ ਪਾਰ ਦੇ ਕਿਉਂਕਿ ਕਾਫੀ ਸੇਵਾ ਦੇ ਕਾਰਜ ਜਾਰੀ ਆ ਹੁਣ ਮਹਾਰਾਜ ਦੀ ਕਿਰਪਾ ਨਾਲ ਜਾਰੀ ਆ ਹਾਂਜੀ ਸੰਗਤਾਂ ਜੁਟੀਆਂ ਜੀ ਇਲਾਕੇ ਦੇ ਮਹਾਂਪੁਰਸ਼ ਸਾਰੇ ਇਕੱਠੇ ਆ ਕਾਰਜ ਚੱਲ ਰਹੇ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਕੰਟਰੋਲ 'ਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਸੰਗਤਾਂ ਜਾਣੂ ਹੋ ਕਿ ਪਿਛਲੇ ਇੱਕ ਤੋਂ ਡੇਢ ਮਹੀਨੇ ਤੋਂ ਲਗਾਤਾਰ ਪੰਜਾਬ ਦੀ ਧਰਤੀ ਹੜ੍ਹਾਂ ਦੀ ਮਾਰ ਹੇਠ ਹੈ ਸੋ ਅਸੀਂ ਕਪੂਰਥਲਾ ਜ਼ਿਲ੍ਹਾ ਪਿੰਡ ਰਾਜੇਵਾਲ ਖੜ੍ਹੇ ਹਾਂ ਜੀ ਸਾਰੀ ਸੰਗਤ ਇਲਾਕੇ ਦੀ ਜੁੜੀ ਹੋਈ ਹੈ ਅਤੇ ਤਨ ਮਨ ਧਨ ਨਾਲ ਸੇਵਾ ਕਰ ਰਹੀ ਹੈ ਇੱਥੇ ਬਹੁਤ ਢਾਲ ਲੱਗੀ ਹੋਈ ਹੈ ਜੀ ਦਰਿਆ ਦੀ ਦਰਿਆ ਜਿੱਦਾਂ ਜਿੱਦਾਂ ਪਾਣੀ ਦਾ ਪੱਧਰ ਥੱਲੇ ਆਉਂਦਿਆ ਉੱਦਾਂ ਉੱਦਾਂ ਮਿੱਟੀ ਖੁਰਦੀ ਹੈ ਜੀ ਅਤੇ ਸਾਰੀ ਸੰਗਤ ਰਲ ਮਿਲ ਕੇ ਰੁੱਖ ਕੱਟ ਕੇ ਸੁੱਟ ਰਹੀ ਆ ਜੀ ਮਿੱਟੀ ਦੀ ਸੇਵਾ ਗੋਰੇ ਭਰ ਭਰ ਲਿਆਉਂਦੇ ਹੀ ਆ ਜੀ ਸੋ ਸਤਿਗੁਰ ਕਿਰਪਾ ਕਰੇ ਨਗਰ ਨਿਵਾਸੀ ਇਲਾਕਾ ਨਿਵਾਸੀਆਂ 'ਤੇ ਮਿਹਰਾਂ ਭਰਿਆ ਹੱਥ ਰੱਖੇ ਜੀ ਬੰਨ ਦੇ ਪਿਛਲੀ ਸਾਈਡ 'ਤੇ ਹੀ ਅਨੇਕਾਂ ਹੀ ਨਗਰ ਜੋ ਕਿ ਝੋਨੇ ਦੀ ਫਸਲ ਬਚੀ ਹੋਈ ਹੈ ਸਤਿਗੁਰ ਦੀ ਕਿਰਪਾ ਨਾਲ ਸਾਰੀਆਂ ਸੰਗਤਾਂ ਰਲ ਮਿਲ ਕੇ ਬੜਾ ਸਹਿਯੋਗ ਕਰ ਰਹੀਆਂ ਹਨ ਸਭਨਾਂ ਸੰਗਤਾਂ ਦਾ ਧੰਨਵਾਦ ਜੀ ਅੱਗੋਂ ਸਤਿਗੁਰ ਦੇ ਚਰਨਾਂ 'ਚ ਬੇਨਤੀ ਸਤਿਗੁਰ ਜੀ ਕਿਰਪਾ ਕਰੋ ਹੁਣ ਮਿਹਰ ਦੀ ਨਿਗਾਹ ਕਰੋ ਸਤਿਗੁਰ ਜੀ ਜਿੰਨਾ ਕੁ ਏਰੀਆ ਬਚਿਆ ਉਹਨੂੰ ਬਚਾਓ ਅਤੇ ਸੰਗਤਾਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ